ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ YouTube ਚੈਨਲ ਬਿੰਦਾ ਲਾਹੌਰੀਆ ਤੇ। ਅੱਜ ਅਸੀਂ ਕਿਸਾਨ ਭਰਾਵਾਂ ਵਾਸਤੇ ਵੀਡੀਓ ਲੈ ਕੇ ਆਏ ਹਾਂ, ਉਹਨਾਂ ਵਾਸਤੇ ਫਿਰ ਇੱਕ ਕੰਮ ਦੀ ਚੀਜ਼ ਲੈ ਕੇ ਆਏ ਹਾਂ। ਜਿਹੜੇ ਬੰਦੇ 8-10-12 ਪੰਡਾਂ ਪੱਠਿਆਂ ਦੀਆਂ ਵੱਢਦੇ ਆ, ਚਲੋ ਲੇਬਰ ਵੀ ਮਿਲ ਜਾਂਦੀ ਹੈ, ਕੋਈ ਬੰਦਾ ਮਿਲ ਜਾਂਦਾ, ਪਰ ਬੰਦੇ ਨੂੰ ਵੀ ਵੇਖੋ, ਜੇ 8-10 ਪੰਡਾਂ ਵੱਢਣੀਆਂ 2-3 ਘੰਟੇ ਖਰਾਬ ਹੁੰਦੇ ਉਹਦੇ। ਇਹਦਾ ਕੰਮ ਸਾਰਾ 20-25 ਮਿੰਟ ਦਾ। ਬਹੁਤ ਵਧੀਆ ਚੀਜ਼ ਹੈ, ਕੋਈ ਜ਼ਿਆਦਾ ਪੈਟਰੋਲ ਦਾ ਖਰਚਾ ਨਹੀਂ, ਅਤੇ ਤੁਸੀਂ ਬੜੇ ਆਸਾਨ ਨਾਲ ਇਹਦੇ ਨਾਲ ਕਟਾਈ ਕਰ ਸਕਦੇ ਹੋ। ਇਹਦੀ ਕਟਾਈ ਬਹੁਤ ਸੋਹਣੀ ਹੈ, ਜਿੰਨਾ ਮਰਜ਼ੀ ਉੱਚਾ ਰੱਖ ਕੇ ਵੱਢ ਲਓ। ਖਾਸ ਕਰਕੇ ਬਰਸੀਨ, ਬਰਸੀਨ ਆਪਾਂ ਦਾਤਰੀ ਨਾਲ ਬਾਹਲਾ ਨੀਵਾਂ ਵੱਢ ਲੈਂਦੇ, ਉਹਦੀ ਫੋੜ ਬਹੁਤ ਘੱਟ ਹੁੰਦੀ ਹੈ। ਜੇ ਤੁਸੀਂ ਇਹ ਮਸ਼ੀਨ ਨਾਲ ਬ੍ਰੈਸ਼ ਕਟਰ ਨਾਲ ਵੱਢੋਗੇ ਤਾਂ ਤੁਹਾਡੀ ਕਟਾਈ ਜਿਹੜੀ ਹੈ ਬਹੁਤ ਜਲਦੀ ਜਿਹੜੀ ਹੈ ਤਿਆਰ ਹੋਊਗੀ। ਵੀ ਪਿੱਛੇ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦਿਖਾ ਦਿੰਦੇ ਹਾਂ, ਬਰਸੀਨ ਬਰਾਬਰ ਜੇ ਇੱਕ ਪਾਸੇ ਦਾਤਰੀ ਨਾਲ ਵੱਢਿਆ ਸੀ, ਇੱਕ ਪਾਸੇ ਵੱਢਿਆ ਸੀ ਮਸ਼ੀਨ ਨਾਲ, ਕੋਈ ਜ਼ਿਆਦਾ ਛੋਟਾ ਜਿਹੜਾ ਉਹ ਇਹਦੇ ਹਲੇ ਨਹੀਂ ਹਿਸਾਬ 'ਚ ਆਉਂਦਾ, ਥੋੜ੍ਹਾ ਜਿਹਾ ਖਿਲਾਰਦਾ ਜਿਵੇਂ ਜਿਵੇਂ ਬਰਸੀਨ ਸਹੀ ਹੋ ਜਾਂਦਾ ਨਾ ਕੱਦ ਦਾ, ਉਦੋਂ ਮਸ਼ੀਨ ਬਹੁਤ ਵਧੀਆ ਢੇਰੀਆਂ ਲਾਉਂਦੀ ਹੈ। ਜਿਹੜਾ ਮੈਂ ਇਹਦੇ ਨਾਲ ਵੱਢਿਆ ਸੀ ਮਸ਼ੀਨ ਨਾਲ, ਉਹਦੀ ਫੋਟ ਜ਼ਿਆਦਾ ਵਧੀਆ ਹੋਈ ਪਈ ਹੈ, ਮਤਲਬ ਕੱਦ ਜ਼ਿਆਦਾ ਹੋਇਆ ਪਿਆ। ਜਿਹੜਾ ਦਾਤਰੀ ਨਾਲ ਵੱਢਿਆ ਉਹ ਹਲੇ ਡਾਊਨ ਹੈ, ਦਾਤਰੀ ਨਾਲ ਰਗੜ ਕੇ ਬੱਚਾ ਵੱਢਿਆ ਜਾਂਦਾ, ਉਹ ਛੇਤੀ ਫੁੱਟਦਾ ਨਹੀਂ। ਫਿਰ ਹੁਣ ਤੁਹਾਨੂੰ ਇਹ ਚਲਾ ਕੇ ਵੀ ਦਿਖਾਉਣੇ ਆ, ਇਹਦੀ ਡੈਮੋ ਦਿਖਾਉਣੇ ਆ। ਲੈ ਵੀ ਹਰਸ਼ ਦੀ ਆਹ ਵੇਖੋ, ਜਿਵੇਂ ਹੁਣ ਕਟਾਈ ਹੈ, ਲੈਣਾ ਲਾਈ ਜਾਣੀ ਹੈ ਇਸ ਤਰ੍ਹਾਂ। ਜਦੋਂ ਤੁਹਾਡਾ ਬਰਸੀਨ ਪੂਰਾ ਫੱਬਿਆ, ਜਿਵੇਂ ਇੱਧਰਲੇ ਪਾਸੇ ਜਿਵੇਂ ਪੂਰਾ ਵਧੀਆ ਤਿਆਰ ਹੈ, ਬਹੁਤ ਸੋਹਣਾ ਖੱਡਾ ਬਰਸੀਨ ਇੱਧਰ, ਇਹ ਜਿਹੜੀ ਕਟਾਈ ਇਹਦੀ ਬਹੁਤ ਸੋਹਣੀ ਹੋਊਗੀ, ਵੀ ਐਂ ਬਹੁਤ ਵਧੀਆ ਲੈਣਾ ਲੱਗਣਗੀਆਂ। ਆਹ ਪਿੱਛੇ ਥੋੜ੍ਹਾ ਜਿਹਾ ਡਾਊਨ ਸੀਗਾ, ਇਹ ਥੋੜ੍ਹਾ ਜਿਹਾ ਨਾ ਉਹ ਥੋੜ੍ਹਾ ਖਿੱਲਰ ਜਿਹਾ ਜਾਂਦਾ, ਲੈਣ ਵਧੀਆ ਨਹੀਂ ਲੱਗਦੀ, ਬਸ ਹੋਰ ਕੁਛ ਨਹੀਂ ਇਹਦੇ 'ਚ। ਇਹ ਕੰਪਨੀ ਦੇ ਵੀ ਆਉਂਦੇ ਆ, ਚੰਗੀਆਂ ਕੰਪਨੀਆਂ ਦੇ ਵੀ ਆਉਂਦੇ ਆ ਅਤੇ ਲੋਕਲ ਵੀ ਆਉਂਦੇ ਆ, ਉਹ ਤੁਹਾਡੀ ਇੱਛਾ ਤੁਸੀਂ ਕਿੰਨਾ ਪੈਸਾ ਲਾ ਸਕਦੇ ਹੋ। ਵੈਸੇ ਯਾਨੀ ਕਿ ਇਹ ਚੀਜ਼ ਜਿਹੜੀ ਹੈ ਚੰਗੀ ਹੈ, ਬੜੇ ਥੋੜ੍ਹੇ ਸਮੇਂ 'ਚ ਤੁਸੀਂ ਆਪਦਾ ਇਹ ਕੰਮ ਨਿਬੇੜ ਸਕਦੇ ਹੋ। ਅਤੇ ਮੈਂ ਤਾਂ ਇਹਦੇ ਨਾਲ ਜਿਵੇਂ ਖਾਲਾ ਆਪਣਾ ਕੱਚਾ ਹੋਵੇ, ਉਹਦੀ ਖਲਾਈ ਕਰਨੀ ਹੈ, ਉਹ ਵੀ ਬਹੁਤ ਵਧੀਆ ਸਾਫ ਕਰਦਾ। ਕੋਈ ਵੱਟ ਸਾਫ ਕਰਨੀ ਹੈ, ਉਹ ਵੀ ਬਹੁਤ ਵਧੀਆ ਕਰਦਾ। ਉਹ ਅਲੱਗ ਤੋਂ ਇਹਦੇ ਪੈ ਜਾਂਦਾ, ਜਿਵੇਂ ਇਹ ਬਲੇਡ ਹੈ ਪੱਠੇ ਵੱਢਣ ਵਾਲਾ, ਅਲੱਗ ਤੋਂ ਸਾਰੇ ਬਲੇਡ ਹੀ ਆਉਂਦੇ ਆ। ਇੱਕ ਤੁਸੀਂ ਲੱਕੜ ਵੱਢਣੀ ਉੱਚੀ ਨੀਵੀਂ, ਉਹ ਵੀ ਪਾ ਕੇ ਵੱਢ ਸਕਦੇ ਹਾਂ, ਵੱਢ ਤੋਂ ਬਲੇਡ ਆਉਂਦਾ। ਸੋ ਇੰਨੀ ਕੁ ਜਾਣਕਾਰੀ ਲਈ ਆਪਾਂ ਅੱਜ ਇਹ ਵੀਡੀਓ ਬਣਾਈ ਸੀ। ਸੋ ਧੰਨਵਾਦ ਜੀ, YouTube ਚੈਨਲ ਨੂੰ ਬਿੰਦਾ ਲਾਹੌਰੀਆ ਨੂੰ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ, ਅਤੇ ਚੈਨਲ ਨੂੰ ਜਿਹੜੇ ਨਵੇਂ ਮੇਰੇ ਸੱਜਣ ਵੇਖਦੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਵੀਡੀਓ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਖੁਦਾ ਹਾਫਿਜ਼।